ਸਰ ਜੀ ਗੱਲ ਦੇ ਵਿੱਚ ਜਮਾਤ ਪਹਿਲੀ ਵਿਸ਼ਾ ਗਣਿਤ ਅੱਜ ਅਸੀਂ ਮਿਸ਼ਨ 100% ਅਭਿਆਸ ਸ਼ੀਟ 2 ਦੇ ਸਵਾਲ ਨੰਬਰ 16 ਦਾ ਊੜਾ ਅਤੇ ਆੜਾ ਭਾਗ ਹੱਲ ਕਰਾਂਗੇ ਬੱਚਿਓ ਅਸੀਂ ਇਸ ਦੇ ਪਹਿਲੇ 15 ਸਵਾਲ ਹੱਲ ਕਰ ਚੁੱਕੇ ਹਾਂ ਬੱਚਿਓ ਹੁਣ ਅਸੀਂ ਸਵਾਲ ਨੰਬਰ 16 ਦਾ ਊੜਾ ਭਾਗ ਹੱਲ ਕਰਦੇ ਹਾਂ ਅੰਕ 2 ਵਿੱਚ ਲਾਲ ਰੰਗ ਅਤੇ ਅੰਕ 9 ਵਿੱਚ ਹਰਾ ਰੰਗ ਭਰੋ ਬੱਚਿਓ ਸਭ ਤੋਂ ਪਹਿਲਾਂ ਅਸੀਂ ਇਨ੍ਹਾਂ ਅੰਕਾਂ ਦੇ ਨਾਲ ਦਿੱਤੀਆਂ ਹੋਈਆਂ ਤਸਵੀਰਾਂ ਦੀ ਗਿਣਤੀ ਕਰਦੇ ਹਾਂ ਆਓ ਫੁੱਲ ਗਿਣੀਏ 1 2 ਬੱਚਿਓ ਇਹ ਦੋ ਫੁੱਲ ਹਨ ਤਾਂ ਇਹ ਅੰਕ 2 ਹੈ ਹੁਣ ਅਸੀਂ तितਲੀਆਂ ਦੀ ਗਿਣਤੀ ਕਰਦੇ ਹਾਂ 1 2 3 4 5 6 7 8 9 ਬੱਚਿਓ ਇਹ 9 तितਲੀਆਂ ਹਨ ਬੱਚੇ ਹੁਣ ਅਸੀਂ ਇਹਨਾਂ ਅੰਕਾਂ ਵਿੱਚ ਰੰਗ ਭਰਦੇ ਹਾਂ ਸਭ ਤੋਂ ਪਹਿਲਾਂ ਅੰਕ 2 ਵਿੱਚ ਲਾਲ ਰੰਗ ਭਰਦੇ ਹਾਂ ਬੱਚੋ ਤੁਸੀਂ ਰੰਗ ਬੜੇ ਆਰਾਮ ਨਾਲ ਭਰਨਾ ਹੈ ਅਤੇ ਸਾਫ਼-ਸਾਫ਼ ਭਰਨਾ ਹੈ ਸਭ ਤੋਂ ਪਹਿਲਾਂ ਅਸੀਂ ਅੰਕ 2 ਵਿੱਚ ਇਸ ਤਰ੍ਹਾਂ ਲਾਲ ਰੰਗ ਭਰਦੇ ਹਾਂ ਅੰਕ 2 ਵਿੱਚ ਰੰਗ ਭਰ ਦਿੱਤਾ ਹੈ ਹੁਣ ਅਸੀਂ ਅੰਕ 9 ਵਿੱਚ ਰੰਗ ਭਰਦੇ ਹਾਂ ਅਸੀਂ ਇਸ ਵਿੱਚ ਹਰਾ ਰੰਗ ਭਰਦੇ ਹਾਂ ਦੇਖੋ ਬੱਚਿਓ ਆਰਾਮ ਨਾਲ ਅਸੀਂ ਅੰਕ 9 ਵਿੱਚ ਹਰਾ ਰੰਗ ਭਰਦੇ ਹਾਂ ਇਹ ਵੀ ਬੱਚਿਓ ਤੁਸੀਂ ਪੈਨਸਲ ਕਲਰ ਜਾਂ ਵੈਕਸ ਕਲਰ ਨਾਲ ਇਸ ਵਿੱਚ ਰੰਗ ਭਰ ਸਕਦੇ ਹੋ ਇਹ ਸਾਡਾ ਅੰਕ 9 ਤਾਂ ਵੇਖ ਬੱਚਿਓ ਅਸੀਂ ਦੋਵੇਂ ਅੰਕਾਂ ਵਿੱਚ ਰੰਗ ਭਰ ਦਿੱਤੇ ਹਨ ਬੱਚਿਓ ਹੁਣ ਸਵਾਲ 16 ਦਾ ਆੜਾ ਪਾਗ ਹਲ ਕਰਦੇ ਹਾਂ 1 ਤੋਂ 20 ਕਰ ਅਨੁਸਾਰ ਬਿੰਦੂ ਮਿਲਾਓ ਅਤੇ ਰੰਗ ਭਰੋ ਬੱਚਿਓ ਵੇਖੋ ਇਹ ਕਿਸ ਦੀ ਤਸਵੀਰ ਹੈ ਹਾਂਜੀ ਸਾਨੂੰ ਪਹਿਚਾਨ ਨਹੀਂ ਆ ਰਹੀ ਇਸ ਲਈ ਅਸੀਂ ਬਿੰਦੂਆਂ ਨੂੰ ਮਿਲਾ ਕੇ ਵੇਖਦੇ ਹਾਂ ਬੱਚਿਓ ਇੱਕ ਤੋਂ ਸ਼ੁਰੂ ਕਰਦੇ ਹਾਂ ਬੱਚਿਓ ਇਹਨਾਂ ਬਿੰਦੂਆਂ ਨੂੰ ਸਭ ਤੋਂ ਪਹਿਲਾਂ ਪੈਨਸਲ ਨਾਲ ਮਿਲਾਉਣਾ ਹੈ ਇੱਕ ਤੋਂ ਸ਼ੁਰੂ ਕਰਦੇ ਹਾਂ 1 2 3 4 5 6 7 7 ਬਾਅਦ 8 9 9 ਤੋਂ ਬਾਅਦ 10 10 ਤੋਂ ਬਾਅਦ 11 11 12 12 ਤੋਂ ਬਾਅਦ 13 14 ਫਿਰ 15 ਫਿਰ 16 17 18 ਫਿਰ 19 ਅਤੇ ਫਿਰ ਅਸੀਂ 20 ਨੂੰ ਮਿਲਾਉਂਦੇ ਹਾਂ ਬੱਚਿਓ ਹੁਣ ਇਹ ਤਸਵੀਰ ਬਣ ਗਈ ਹੈ ਇਸ ਵਿੱਚ ਅਸੀਂ ਰੰਗ ਭਰਦੇ ਹਾਂ ਰੰਗ ਭਰਨ ਲਈ ਬੱਚਿਓ ਅਸੀਂ ਪੈਨਸਲ ਕਲਰ ਦੀ ਵਰਤੋਂ ਕਰਦੇ ਹਾਂ ਬੱਚਿਓ ਸਭ ਤੋਂ ਪਹਿਲਾਂ ਅਸੀਂ ਇਸ ਦੀ ਟੋਪੀ ਵਿੱਚ ਨੀਲਾ ਰੰਗ ਭਰਦੇ ਹਾਂ ਬੱਚਿਓ ਹੁਣ ਅਸੀਂ ਇਸ ਤਸਵੀਰ ਦੇ ਮੱਥੇ ਅਤੇ ਕੰਨਾਂ ਉੱਪਰ ਰੰਗ ਭਰਦੇ ਹਾਂ ਬੱਚਿਓ ਹੁਣ ਆਪਾਂ ਇਸ ਦੇ ਮੱਥੇ ਦੇ ਹੇਠਲੇ ਪਾਸੇ ਆਊਟਲਾਈਨ ਕਰਦੇ ਹਾਂ ਬੱਚਿਓ ਹੁਣ ਆਪਾਂ ਤਸਵੀਰ ਬਿਜਲੀ ਕਮੀਜ਼ ਵਿੱਚ ਰੰਗ ਭਰਦੇ ਹਾਂ ਬੱਚਿਓ ਇਸ ਦੀ ਕਮੀਜ਼ ਵਿੱਚ ਅਸੀਂ ਲਾਲ ਰੰਗ ਭਰਦੇ ਹਾਂ ਬੱਚਿਓ ਹੁਣ ਆਪਾਂ ਸਾਰੀ ਤਸਵੀਰ ਤੇ ਆਊਟਲਾਈਨ ਲਗਾ ਦਿੰਦੇ ਹਾਂ ਤਾਂ ਬੱਚਿਓ ਇਹ ਸਾਡੇ ਕੋਲ ਬਹੁਤ ਸੋਹਣੀ ਜੋਕਰ ਦੀ ਤਸਵੀਰ ਤਿਆਰ ਹੋ ਚੁੱਕੀ ਹੈ ਬੱਚਿਓ ਪਰ ਦੇ ਕੰਮ ਵਿੱਚ ਤੁਸੀਂ ਵੀ ਸਵਾਲ ਨੰਬਰ 16 ਦਾ ਊੜਾ ਅਤੇ ਆੜਾ ਭਾਗ ਆਪਣੀਆਂ ਕਾਪੀਆਂ ਤੇ ਹੱਲ ਕਰਨਾ ਹੈ ਧੰਨਵਾਦ ਬੱਚਿਓ